ਵਾਹਿਗੁਰੂ ਸਾਹਿਬ ਜੀ। ਸਾ ਸੰਗਤ ਜੀ, ਪਾਠ ਦੀ ਆਰੰਭਤਾ ਹੋ ਰਹੀ ਹੈ। ਸਮੁੱਚੀਆਂ ਸੰਗਤਾਂ ਆਪਣੀਆਂ ਪੋਥੀਆਂ ਵੱਲੇ ਖਿਆਲ ਕਰ ਲੈਣ। 26 ਅੰਗ ਤੋਂ ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, 1 ਓਅੰਕਾਰ ਸਤਿਗੁਰ ਪ੍ਰਸਾਦ, ਇਹ ਜਿੱਥੇ ਮੰਗਲ ਹੈ ਇੱਥੋਂ ਪਾਠ ਦੀ ਆਰੰਭਤਾ ਹੋ ਰਹੀ ਹੈ। ਸਾ ਸੰਗਤ ਜੀ, ਜਿਵੇਂ ਪਾਠੀ ਸਿੰਘ ਪਾਠ ਕਰਦੇ ਨੇ, ਇਹਦੇ ਤੋਂ ਵਿਸ਼ਰਾਮ ਆਪ ਜੀ ਨੇ ਆਪ ਸਮਝਣੇ ਨੇ, ਕਿਉਂਕਿ ਪਾਠੀ ਸਿੰਘ ਬੜੇ ਠਹਿਰਾਓ ਦੇ ਵਿੱਚ ਵਿਸ਼ਰਾਮਾਂ 'ਤੇ ਰੁਕ ਕੇ ਅੱਗੇ ਚੱਲਦੇ ਨੇ। ਜੇ ਆਪਾਂ ਇਕੱਲੀ ਇਕੱਲੀ ਪੰਕਤੀ ਦੇ ਵਿਸ਼ਰਾਮ ਦੱਸਣ ਲੱਗ ਪਈਏ ਕਿ ਇੱਥੇ ਵਿਸ਼ਰਾਮ ਹੈ, ਇੱਥੇ ਵਿਸ਼ਰਾਮ ਹੈ, ਤਾਂ ਫਿਰ ਵਕਤ ਸਿਰ ਸੰਪੂਰਨਤਾ ਨਹੀਂ ਹੋ ਸਕੇਗੀ। ਇਸ ਵਾਸਤੇ ਪਾਠ ਕਰਨ ਦਾ ਜੋ ਲਹਿਜ਼ਾ ਹੈ ਪਾਠੀ ਸਿੰਘਾਂ ਦਾ, ਵਿਸ਼ਰਾਮ 'ਤੇ ਰੁਕ ਕੇ ਹੀ ਪਾਠੀ ਸਿੰਘ ਅੱਗੇ ਚੱਲਦੇ ਨੇ, ਇਸ ਲਈ ਇਉਂ ਵਿਸ਼ਰਾਮਾਂ ਨੂੰ ਆਪ ਸਮਝਣ ਦਾ ਯਤਨ ਕਰਨਾ ਹੈ। ਜੋ ਕਾਪੀਆਂ ਆਪ ਜੀ ਨੂੰ ਦਿੱਤੀਆਂ ਗਈਆਂ ਆਪ ਜੀ ਦੇ ਪਾਸ ਹਨ, ਜ਼ਰੂਰਤ ਪੈਣ 'ਤੇ ਜਲਦੀ ਜਲਦੀ ਕੋਈ ਨੋਟ ਕਰਨਾ ਹੋਵੇ ਤਾਂ ਆਪ ਜੀ ਕਰ ਸਕਦੇ ਹੋ, ਜ਼ਰੂਰੀ ਹੈ ਜੇ ਕਰ ਲਿਆ ਜਾਵੇ ਤਾਂ। ਪਾਠ ਦੀ ਆਰੰਭਤਾ ਹੋ ਰਹੀ ਹੈ। ਸਾਰੀਆਂ ਸੰਗਤਾਂ ਪੋਥੀਆਂ ਵੱਲੇ ਅੰਮ੍ਰਿਤ ਰੂਪ ਗੁਰਬਾਣੀ ਦੇ ਅੱਖਰਾਂ 'ਤੇ ਆਪਣੀ ਨਿਗਾਹ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, 1 ਓਅੰਕਾਰ ਸਤਿਗੁਰ ਪ੍ਰਸਾਦ। ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਭਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ। ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ। ਹਿਰਦੈ ਕਮਲ ਪ੍ਰਗਾਸਿਆ ਲਾਗੈ ਸਹਿਜ ਧਿਆਨ। ਅੰਤਰ ਹਰ ਰਸ ਰਵ ਰਹਿਆ, ਇਹ ਜਿਹੜੇ ਅੱਖਰ ਰਾਰੇ ਨਾਲ ਹੀ ਆਏ ਹੈ, ਇਹਨਾਂ ਨੂੰ ਕਾਹਲੀ ਨਾਲ ਨਹੀਂ ਬੋਲਣਾ। ਜਦੋਂ ਬੋਲਣਾ ਹੈ ਸਪਸ਼ਟ, ਅੰਤਰ ਹਰ ਰਸ ਰਵ ਰਹਿਆ। ਆਮ ਤੌਰ 'ਤੇ ਇਕੱਠਾ ਜਦੋਂ ਪੜ੍ਹਦੇ ਹਾਂ ਤਾਂ ਰਸ ਰਵ ਰਿਹਾ ਕਰਕੇ ਉਹ ਪਾਠ ਜਿਹੜਾ ਹੈ ਸਪਸ਼ਟ ਨਹੀਂ ਹੁੰਦਾ। ਇੱਥੇ ਧਿਆਨ ਦੇਣਾ ਹੈ, ਅੰਤਰ ਹਰ ਰਸ ਰਵ ਰਹਿਆ। ਹਾਂਜੀ, ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ, ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ। ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ, ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ, ਹਉ ਮੈਂ ਮਮਤਾ ਮਾਰ ਕੈ ਹਰ ਰਾਖਿਆ ਔਰ ਧਾਰ। ਹਉ ਤਿਨ ਕਹਿ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ, ਸੇਈ ਸੁਖੀਐ ਚਹੁ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ। ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ, ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ। ਘਰ ਹੀ ਮਾਹੀ ਉਦਾਸ, ਘਰ ਹੀ ਮਾਹੇ ਉਦਾਸ, ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਸਾਧ ਦੱਦਾ ਹੈ ਜਿਸ ਦਾ ਅਰਥ ਹੈ ਸਵਾਦ, ਸਾਧ ਨਹੀਂ ਬੋਲਣਾ ਅਰਥ ਬਦਲ ਜਾਵੇਗਾ। ਜਿਨ੍ਹਾਂ ਹਰ ਕਾ ਸਾਧ ਆਇਆ, ਜਿਨ੍ਹਾਂ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ, ਨਾਨਕ ਨਦਰੀ ਪਾਈਐ ਸੱਚ ਨਾਮ ਗੁਣ ਤਾਸ। ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹੇ ਸਮਾਏ। ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰਗਾਸ ਰਹਾਉ।
ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ ਹਰਿ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ ਫਿਰ ਫਿਰ ਜੋਨੀ ਪਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ ਹਰ ਹਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿਨਾ ਪਿੱਛੈ ਰਿੱਧ ਸਿੱਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨ ਕਰਣਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਿਰ ਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਘਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਜਿਸ ਹੀ ਕੀ ਸਿਰ ਕਾਰ ਹੈ ਆਮ ਤੌਰ 'ਤੇ ਸਿਰ ਕਾਰ ਇਕੱਠਾ ਛਪਿਆ ਹੁੰਦਾ ਵੱਖਰਾ ਵੱਖਰਾ ਪਾਠ ਹੈ ਸਿਰ ਵੱਖਰਾ ਕਾਰ ਵੱਖਰਾ ਸੰਬੰਧਕ ਜਿਹਾ ਪਾਠ ਹੋਵੇਗਾ ਜਿਸ ਹੀ ਕੀ ਸਿਰ ਕਾਰ ਹੈ ਜਿਸ ਹੀ ਕੀ ਸਿਰ ਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹੈ ਜਿਸ ਨਉ ਆਪੇ ਲਏ ਮਿਲਾਏ ਜਿਸ ਨਉ ਊੜੇ ਔਂਕੜ ਨੋ ਹੋੜਾ ਬੋਲ ਕੇ ਨਹੀਂ ਬੋਲਣਾ ਨੂੰ ਵੀ ਨਹੀਂ ਬੋਲਣਾ ਅਰਥ ਭਾਵੇਂ ਉਹੀ ਹੈ ਪਰ ਸਤਿਗੁਰੂ ਜੀ ਨੇ ਊੜਾ ਇੱਥੇ ਲਿਖਿਆ ਹੋਇਆ ਇਸੇ ਤਰ੍ਹਾਂ ਨਉ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜਿਸ ਨਉ ਆਪੇ ਲਏ ਮਿਲਾਏ ਸ਼ਬਦ ਮਿਲੈ ਸੋ ਮਿਲ ਰਹੈ ਜਿਸ ਨਉ ਆਪੇ ਲਏ ਮਿਲਾਏ ਦੂਜੈ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ ਸਭ ਮਹਿ ਇੱਕ ਵਰਤਦਾ ਦੂਜੈ ਭਾਏ ਕੋ ਨਾ ਮਿਲੈ ਨੰਨੇ ਨੂੰ ਕੰਨਾ ਆਇਆ ਹੈ ਇਹ ਕੰਨੇ ਦੀ ਆਵਾਜ਼ ਸਪਸ਼ਟ ਹੋਵੇਗੀ ਪਰ ਇਹ ਖਿਆਲ ਰੱਖਣਾ ਕਿ ਨਾਮ ਲੈ ਪਾਠ ਨਾ ਹੋ ਜਾਵੇ ਨਾਮ ਨਹੀਂ ਹੈ ਨਾ ਮਿਲੈ ਇਉਂ ਪਾਠ ਨਖੇੜ ਕੇ ਕੀਤਾ ਜਾਵੇਗਾ ਦੂਜੈ ਭਾਏ ਕੋ ਨਾ ਮਿਲੈ ਫਿਰ ਫਿਰ ਜੋ ਆਵੈ ਜਾਏ ਸਭ ਮਹਿ ਇੱਕ ਵਰਤਦਾ ਏਕੋ ਰਹਿਆ ਸਮਾਏ ਜਿਸ ਨਉ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ ਲਖ ਚੌਰਾਸੀਹ ਭਰਮ ਦੇ ਭਰਮ ਭਰਮ ਹੋਏ ਖੁਆਰ ਭਰਮ ਭਰਮ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਕਿਉਂਕਿ ਅੱਧਾ ਰਾਰਾ ਹੇਠਾਂ ਅੱਖਰ ਦੇ ਚਰਨ ਵਿੱਚ ਆ ਰਿਹਾ ਹੈ ਜੇ ਇਹ ਰਾਰਾ ਪੂਰਾ ਬਰਾਬਰ ਲਿਖਿਆ ਹੁੰਦਾ ਫਿਰ ਭਰਮ ਭਰਮ ਪਾਠ ਹੁੰਦਾ ਪਰ ਕਿਉਂਕਿ ਅੱਧਾ ਰਾਰਾ ਹਮੇ ਹੇਠਾਂ ਪੈਰਾਂ ਵਿੱਚ ਆ ਰਿਹਾ ਭਰਮ ਭਰਮ ਹੋਏ ਖੁਆਰ ਇਹ ਉਚਾਰਨ ਸ਼ੁੱਧ ਹੈ ਲਖ ਚੌਰਾਸੀਹ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੂਕਾਰ ਪੁਕਾਰ ਔਂਕਣ ਦੁਲੈਂਕੜ ਸ਼ੁੱਧ ਹੈ ਪੂਕਾਰ ਦੁਲੈਂਕੜ ਦੇ ਨਾਲ ਪਾਠ ਹੈ ਸ਼ੁੱਧ ਹੈ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੂਕਾਰ ਲਖ ਚੌਰਾਸੀਹ ਜਿਨ ਸਿਰੀ ਸਭਸੈ ਦੇ ਆਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਿਰਭਉ ਸਦਾ ਦਇਆਲ ਹੈ ਆਮ ਗਲਤੀ ਵੇਖਣ ਵਿੱਚ ਆਉਂਦੀ ਹੈ ਕਿ ਪਾਠੀ ਸਿੰਘ ਦਿਆਲ ਬੋਲ ਜਾਂਦੇ ਨੇ ਦਿਆਲ ਹੋਵੇਗਾ ਜੇ ਦੱਦੇ ਸਿਹਾਰੀ ਐੜੇ ਕੰਨਾਂ ਲੱਲਾ ਪਾਠ ਹੋਵੇ ਪਰ ਦੱਦਾ ਮੁਕਤਾ ਹੈ ਈੜੀ ਸਿਹਾਰੀ ਹੈ ਫਿਰ ਅੱਗੇ ਐੜੇ ਕੰਨਾਂ ਲੱਲਾ ਹੈ ਦਇਆਲ ਇਸ ਪਾਠ ਦੇ ਉਚਾਰਨ ਦਾ ਖਿਆਲ ਰੱਖਣਾ
ਵਾਹਿਗੁਰੂ ਵਾਹਿਗੁਰੂ। ਇੱਕ ਗੱਲ ਚੇਤੇ ਆ ਗਈ, ਸੰਤ ਮਹਾਰਾਜ ਜੀ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਭਰਾਤਾ ਸੰਤ ਇੰਦਰ ਸਿੰਘ ਜੀ ਮਹਾਰਾਜ ਬੱਧਨੀ ਵਾਲੇ ਕਰਕੇ ਮਸ਼ਹੂਰ ਸਨ, ਉਹਨਾਂ ਦਰਸ਼ਨ ਵੀ ਕੀਤੇ ਨੇ। ਉਹ ਬੜੀ ਵਧੀਆ ਗੱਲ ਕਹਿੰਦੇ ਹੁੰਦੇ ਸਨ ਕਿ 34 ਭਰਾਵਾਂ ਦੀ ਇੱਕੋ ਹੀ ਭੈਣ ਆ, ਉਹਦਾ ਆਪਾਂ ਖਿਆਲ ਹੀ ਨਹੀਂ ਰੱਖਦੇ। 35 ਅੱਖਰ ਨੇ ਨਾ ਈੜੀ, ਅਤੇ ਸੰਤ ਕਹਿੰਦੇ ਸਨ ਵੀ ਇਹਦਾ ਆਪਾਂ ਖਿਆਲ ਨਹੀਂ ਰੱਖਦੇ, ਇਹਦਾ ਖਿਆਲ ਰੱਖਣਾ ਜ਼ਰੂਰੀ ਆ। 34 ਭਰਾਵਾਂ ਦੀ ਇੱਕੋ ਹੀ ਭੈਣ ਆ, 35ਵੀਂ ਈੜੀ ਆਪਾਂ ਲਾਉਂਦੇ ਨੇ, ਜਿਵੇਂ ਦਇਆਲ ਪਰ ਪਾਠ ਕੀਤਾ ਨਾ, ਅਤੇ ਸਾਰੇ ਯਾਦ ਰੱਖਿਆ ਕਰਨਾ ਜੀ। ਪਾਠੀ ਸਿੰਘ ਨੇ ਬਹੁਤ ਸੋਹਣਾ ਪਾਠ ਕੀਤਾ, ਮਹਾਂਪੁਰਸ਼ਾਂ ਦਾ ਨਾਲੇ ਚੇਤਾ ਆ ਗਿਆ, ਅਤੇ ਗੱਲ ਬੜੀ ਵਧੀਆ ਸੀ ਮਹਾਂਪੁਰਸ਼ਾਂ ਦੀ। ਈੜੀ ਲਾਉਣੀ, ਧਿਆਨ ਦੇਣਾ ਦਇਆਲ। ਹਾਂਜੀ, ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ।